ਮੇਰਾ ਨਾਂ ਹੁਣ ਤਵੱਜੋ ਜੀ, ਇਹਨਾਂ ਮੇਰਾ ਨਾਰਾ ਲਾਇਆ ਤੇ ਉਹਦੇ ਜਵਾਬ ਵਿੱਚ ਫਿਰ ਲੱਭੈਕ ਦਮਿਆਨਾ ਰਮੈਨ ਲਗਾਣ। ਮੈਂ ਗੱਲ ਇਹ ਤੁਹਾਨੂੰ ਮੈਂ ਮਾਫ਼ ਕਰ ਰਿਹਾ ਸੈਯਦ ਹੋਣੇ ਦੀ ਵਜ੍ਹਾ ਤੋਂ, ਵਰਨਾ ਕੁੱਤਿਆਂ ਦੇ ਨਾਰੇ ਨਹੀਂ ਹੁੰਦੇ, ਨਾਰੇ ਹੁੰਦੇ ਮਾਲਕਾਂ ਦੇ। ਹਜ਼ੂਰ ਕੀ ਬਾਤ ਕਰੋ, ਜਬ ਰਸੂਲੁੱਲਾ ਕੀ ਬਾਤ ਹੋਗੀ ਤੋ ਹਜ਼ਰਤ ਬਿਲਾਲ ਕਾਬੇ ਕੀ ਛੱਤ ਪਰ ਚੜ੍ਹੀ ਜਾਏਗਾ। ਹਜ਼ੂਰ ਕੀ ਬਾਤ ਕਰੋ, ਅਗਲੇ ਖਾਕੇ ਬਣਾਏ ਤੇ ਮੌਲੀ ਖਾਦਮ। ਮੈਂ ਇਸ ਵਾਸਤੇ ਅੱਜ ਉਮਰੇ ਤੇ ਨਹੀਂ ਜਾਂਦਾ, ਇਹ ਨਹੀਂ ਕਿ ਮੈਨੂੰ ਕੋਈ ਪੈਸੇ ਨਹੀਂ ਹਨ ਜਾਂ ਮੈਨੂੰ ਕੋਈ ਭੇਜਦਾ ਕੋਈ ਨਹੀਂ, ਮੈਂ ਤਾਂ ਹਰ ਮਹੀਨੇ ਨਹੀਂ ਹਰ ਹਫ਼ਤੇ ਜਾਵਾਂ ਤਾਂ ਵੀ ਲੋਕ ਭੇਜਣ ਵਾਸਤੇ ਤਿਆਰ ਹਾਂ। ਮੈਂ ਇਸ ਵਾਸਤੇ ਨਹੀਂ ਜਾਂਦਾ, ਮੈਂ ਕਿਹਾ ਜੇ ਰਸੂਲੁੱਲਾ ਨੇ ਪੁੱਛ ਲਿਆ ਕਿ ਤੂੰ ਇੱਥੇ ਉਮਰੇ ਕਰਨ ਆਇਆ ਤੇ ਮੇਰੇ ਖਾਕਿਆਂ ਦਾ ਲੋਕਾਂ ਬਣਾਇਆ, ਤੂੰ ਕੀ ਕੀਤਾ ਉੱਥੇ ਦੱਸ, ਤੂੰ ਕੀ ਕੀਤਾ? ਮੁਮਤਾਜ਼ ਕਾਦਰੀ ਫਟਿਆ ਗਿਆ ਚਾੜਾ, ਤੂੰ ਕੀ ਕੀਤਾ? ਮੈਂ ਇਸ ਵਾਸਤੇ ਪਗੜੀ ਲਾ ਕੇ ਮੁਮਤਾਜ਼ ਕਾਦਰੀ ਦੇ ਪੈਰਾਂ ਤੇ ਰੱਖੀ ਸੀ ਤੇ ਮੈਂ ਇਹ ਉਹਨਾਂ ਨੂੰ ਅਰਜ਼ ਜ਼ਰੂਰ ਕੀਤੀ ਸੀ। ਮੈਂ ਕਿਹਾ ਜਨਾਬ ਮਾਜ਼ੂਰ ਆਦਮੀ ਸੀ, ਜੋ ਕੁਝ ਹੋ ਸਕਿਆ ਮੈਂ ਕਰਦਾ ਰਿਹਾ, ਹਜ਼ੂਰ ਦੀ ਬਾਰਗਾਹ ਵਿੱਚ ਜਾ ਕੇ ਸ਼ਿਕਾਇਤ ਨਾ ਲਾਣਾ। ਮੈਂ ਕਿਹਾ ਜੇਲ੍ਹਾਂ ਵੀ ਕੱਟੀਆਂ, ਹੱਥਕੜੀਆਂ ਵੀ ਲਾਈਆਂ, ਦਰੂਕੇ ਵੀ ਗਏ, ਜਨਾਬ ਦਹਿਸ਼ਤਗਰਦੀ ਦੇ ਮੁਕੱਦਮੇ ਵੀ ਚੱਲ ਰਹੇ ਹਾਂ, ਸਾਰਾ ਕੁਝ ਚੱਲ ਰਿਹਾ, ਲੇਕਿਨ ਮੈਂ ਆਖਿਆ ਜਿਤਨਾ ਹੋ ਸਕਦਾ ਸੀ ਉਤਨਾ ਤਾਂ ਕੀਤਾ, ਲੇਕਿਨ ਹੱਥ ਤੁਹਾਡਾ ਅਦਾ ਅਸੀਂ ਨਹੀਂ ਕਰ ਸਕੇ। ਚਾਹੀਦਾ ਤਾਂ ਇਹ ਸੀ ਅਸੀਂ ਤੁਹਾਨੂੰ ਜੇਲ੍ਹ ਚੋਂ ਪਕੜ ਕੇ ਬਾਹਰ ਲਿਆਂਦੇ। ਮੈਂ ਰਾਹੀਲ ਸ਼ਰੀਫ ਨੂੰ ਵੀ ਇਹ ਪੇਸ਼ਕਸ਼ ਕੀਤੀ, ਰਾਹੀਲ ਸ਼ਰੀਫ ਬਦਕਿਸਮਤ ਨਿਕਲਿਆ ਕਾਇਨਾਤ ਦਾ, ਇਹ ਆਰਮੀ ਕਬਰਿਸਤਾਨ ਵਿੱਚ ਦਫ਼ਨ ਹੋ ਜਾਣਾ, ਸਦੀਆਂ ਬਾਅਦ ਕਿਸੇ ਨੇ ਪਤਨੀ ਫੁੱਲ ਵੀ ਚਾੜਨੇ ਕਿ ਨਹੀਂ। ਅੱਜ ਮੈਂ ਇਹਨੂੰ ਕਿਹਾ ਸੀ ਤੂੰ ਮੁਮਤਾਜ਼ ਕਾਦਰੀ ਨੂੰ ਰਿਹਾ ਕਰ ਦੇ, ਮੌਲੀ ਖਾਦਮ ਸ਼ੇਖ ਉਲ ਹਦੀਸ ਹਾਫਿਜ਼ ਕੁਰਾਨ ਮੌਲਵੀ ਹੋ ਕੇ ਸਾਰੀ ਜ਼ਿੰਦਗੀ ਜਬ ਤੱਕ ਮੈਂ ਜ਼ਿੰਦਾ ਤੇਰੇ ਬੂਟ ਪਾਲਿਸ਼ ਕਰਦਾ ਰਹਾਂਗਾ। ਇਸ ਤੋਂ ਵੱਡੀ ਕੋਈ ਪੇਸ਼ਕਸ਼ ਹੈ? ਮੈਂ ਕਿਹਾ ਤੇਰੇ ਦਰਵਾਜ਼ੇ ਤੇ ਮੈਂ ਬੈਠਾ ਰਹਾਂਗਾ, ਤੇਰੇ ਬੂਟ ਆਪਣੀ ਝੋਲੀ ਚ ਰੱਖ ਕੇ ਪਾਲਿਸ਼ ਕਰਕੇ ਐਨ ਤੈਨੂੰ ਪੇਸ਼ ਕੀਤਾ ਕਰਾਂਗਾ, ਹੋਰ ਮੈਂ ਕੀ ਕਰ ਸਕਦਾ ਤੇਰੇ ਵਾਸਤੇ। ਮੈਂ ਆਖਾਂ ਸਲਾਹਉਦੀਨ ਅਯੂਬੀ ਵਾਲਾ ਕਿਰਦਾਰ ਅਦਾ ਕਰ, ਕੁਫਰ ਦੇ ਮੂੰਹ ਤੇ ਤਮਾਚਾ ਮਾਰ। ਓਏ ਤੁਹਾਡੇ ਬੜੇ ਬੜੇ ਦਬਾਓ ਮੰਨੇ, ਹੁਣ ਇਹ ਦਬਾਓ ਨਹੀਂ ਮੰਨਣਾ, ਇਹ ਤੇ ਸਾਡੇ ਇਮਾਨ ਦਾ ਮਸਲਾ ਹੈ। ਮੁਮਤਾਜ਼ ਕਾਦਰੀ ਨੂੰ ਅਸੀਂ ਫੱਟੇ ਨਹੀਂ ਚਾੜ ਸਕਦੇ। ਮੈਂ ਆਖਾਂ ਤੇਰਾ ਮਕਬਰਾ ਅਸੀਂ ਬਣਵਾਵਾਂਗੇ, ਸਭ ਤੋਂ ਬੜੀਆਂ ਚਾਦਰਾਂ ਅਸੀਂ ਤੇਰੇ ਕਿਸਮ ਮਿਜ਼ਾਜ, ਸਦਾ ਤਾਂ ਤੂੰ ਨਹੀਂ ਰਹਿਣਾ, ਲੇਕਿਨ ਉਹਨੇ ਸਾਡੀ ਗੱਲ ਨਾ ਮੰਨੀ, ਹੋਰ ਅਸੀਂ ਕੀ ਕਰ ਸਕਦੇ ਸੀ? ਮੈਂ ਉਹਨੂੰ ਕਿਹਾ ਮੈਂ ਤੇਰੇ ਬੂਟਾਂ ਦੀ ਪੈਰਾਂ ਦੀ ਖਾਕ ਵੀ ਪਗੜੀ ਨਾਲ ਬੱਧੀ ਰੱਖਾਂਗਾ। ਮੈਂ ਕਹਾਂਗਾ ਇਹ ਆਸ਼ਕੇ ਰਸੂਲ ਹੈ, ਲੋਕਾਂ ਨੂੰ ਕਹਾਂਗਾ ਜਾਣਦੇ ਹੋ ਇਹ ਖਾਕ ਕਿਹੜੀ ਹੈ? ਇਹ ਰਾਹੀਲ ਸ਼ਰੀਫ ਦੇ ਪੈਰਾਂ ਦੀ ਖਾਕ ਹੈ। ਉਹਨੇ ਬੂਟ ਪਾਏ ਹੋਏ ਸਨ, ਮੈਂ ਪਿੱਛੋਂ ਬੰਨ ਲਈ ਤੇ ਮੈਂ ਕਿਹਾ ਇਹ ਉਹ ਜਣਾ ਹੈ ਜਿਹਨੇ ਕੁਫਰ ਦੀਆਂ ਅੱਖਾਂ ਚੱਖਾਂ ਪਾ ਕੇ ਹਜ਼ੂਰ ਦੀ ਇੱਜ਼ਤ ਦੇ ਮੁਹਾਫਿਜ਼ ਨੂੰ ਰਿਹਾ ਕੀਤਾ। ਅਸੀਂ ਇਤਨਾ ਹੀ ਕਰ ਸਕਦੇ ਸੀ, ਹੋਰ ਸਾਡੇ ਵੱਸ ਵਿੱਚ ਕੁਝ ਨਹੀਂ ਸੀ। ਅਸਲ ਮੈਂ ਚਾਹੁੰਦਾ ਸੀ ਕੁਫਰ ਨਾ ਜਿਹੜਾ ਨਾ ਕੁਫਰ ਨੰਗਾ ਕਰ ਦੇਈਏ, ਮੁਮਤਾਜ਼ ਕਾਦਰੀ ਤੇ ਕੋਈ ਉਂਗਲੀ ਨਾ ਉਠਾਵੇ, ਪੂਰੀ ਦੁਨੀਆਂ ਨੂੰ ਪੈਗਾਮ ਜਾਵੇ, ਅਸੀਂ ਸਭ ਕੁਝ ਬਰਦਾਸ਼ਤ ਕਰ ਸਕਦੇ ਹਾਂ, ਲੇਕਿਨ ਆਪਣੇ ਆਕਾ ਮੌਲਾ ਦੇ ਬਾਰੇ ਕੋਈ ਗੱਲ ਨਹੀਂ ਬਰਦਾਸ਼ਤ ਕਰ ਸਕਦੇ। ਸਿਰਫ ਇਹ ਮਕਸਦ ਸੀ ਇੱਕ ਵਾਰੀ ਕੁਫਰ ਨੰਗਾ ਕਰ ਦੇਈਏ, ਓਬਾਮਾ ਦਾ ਨੱਕ ਜਿਹੜਾ ਉਹ ਖਾਕ ਵਿੱਚ ਮਿਲਾ ਦੇਈਏ, ਉਹ ਕੈਨੇਡਾ ਵਾਲੇ ਸ਼ਤਾਨਾ ਸਾਰਿਆਂ ਨੂੰ ਢਾ ਦੇਈਏ, ਉਹ ਬਰਤਾਨੀਆ ਦੇ ਸਾਰੇ ਯਜ਼ੀਦਾਂ ਨੂੰ ਢਾ ਦੇਈਏ, ਉਹ ਜ਼ਲੀਲ ਦੇ ਪੁੱਤਰੋ ਤੁਸੀਂ ਤਾਂ ਆਪਣੀ ਮਾਵਾਂ ਭੈਣਾਂ ਦੀ ਹਿਫਾਜ਼ਤ ਨਾ ਕਰ ਸਕੇ, ਔਰ ਤੁਸੀਂ ਕੀ ਕਰਨਾ ਹੈ? ਤੁਸੀਂ ਸਾਨੂੰ ਦੱਸਣਾ ਹੈ ਨਬੀ ਦੀ ਇੱਜ਼ਤ ਕਿਵੇਂ ਕਰਨੀ? ਸਾਨੂੰ ਸਾਡੇ ਬਜ਼ੁਰਗ ਦੱਸ ਗਏ ਅਸਾਂ ਆਪਣੇ ਮਹਬੂਬ ਦੀ ਇੱਜ਼ਤ ਕਿਵੇਂ ਕਰਨੀ। ਬਸ ਇਹ ਮਕਸਦ ਸੀ ਸਿਰਫ, ਹੋਰ ਕੋਈ ਮਕਸਦ ਕੋਈ ਨਹੀਂ, ਬਸ ਇਤਨੀ ਬਾਤ। ਬਹੁਤ ਸਾਰੇ ਲੋਕ ਕਹਿੰਦੇ ਹੈ ਬੜਾ ਸਖਤ ਹੈ, ਮੈਂ ਮਸਕੀਨ ਆਦਮੀ ਹੂੰ, ਸਖਤ ਕੋਈ ਨਹੀਂ ਹੂੰ, ਲੇਕਿਨ ਜਬ ਹਜ਼ੂਰ ਕੀ ਇੱਜ਼ਤ ਕੀ ਬਾਤ ਆਏ ਤੋ ਆਪਣੇ ਬਸ ਮੇ ਬਾਤ ਨਹੀਂ ਰਹਿਤੀ ਜੀ, ਉਸ ਬਸ ਵਿੱਚ ਨਹੀਂ ਰਹਿੰਦੀ। ਤੇ ਅਗਰ ਕਿਸੇ ਬੰਦੇ ਨੂੰ ਹਜ਼ੂਰ ਦੀ ਇੱਜ਼ਤ ਉੱਤੇ ਗੈਰਤ ਨਹੀਂ ਆਉਂਦੀ ਤਾਂ ਫਿਰ ਮੇਰੇ ਕੋਲ ਤਾਂ ਉਹਦਾ ਕੋਈ ਇਲਾਜ ਨਹੀਂ। ਤਵੱਜੋ ਜੀ, ਤਵੱਜੋ ਜੀ ਬਾਤ, ਮੈਂ ਗੱਲ ਜਿਹੜੀ ਮੁਕਾਣੀ ਹੁਣ ਬਸ ਇਤਨੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ, ਜਿਸ ਮੁਹੱਬਤ ਨਾਲ ਤੁਸੀਂ ਬੈਠੇ ਹੋ ਨਾ, ਐਸੇ ਮੁਹੱਬਤ ਨਾਲ ਹਜ਼ੂਰ ਦਾ ਦੀਨ ਉੱਤੇ ਲਿਆਉਣਾ, ਠੀਕ ਹੈ ਜੀ? ਜਦੋਂ ਰਸੂਲ ਅੱਲਾ ਦਾ ਦੀਨ ਆ ਜਾਏਗਾ ਤੇ ਮੈਨੂੰ ਮਾਲ ਰੋਡ ਤੇ ਮੇਰੀ ਡਿਊਟੀ ਲਾ ਦੇਣਾ, ਮੈਂ ਝਾੜੂ ਦਿੱਤੇ ਕਰਾਂਗਾ। ਹਜ਼ੂਰ ਦਾ ਦੀਨ ਅਸੀਂ ਉੱਤੇ ਵੇਖਣਾ ਚਾਹੁੰਦੇ, ਮੌਲੀ ਖਾਦਮ ਇਸੇ ਤਰ੍ਹਾਂ ਝਾੜੂ ਲਾਉਂਦਾ ਰਹੇਗਾ। ਸਾਨੂੰ ਕੁਝ ਵੀ ਨਹੀਂ ਚਾਹੀਦਾ, ਸਿਰਫ ਰਸੂਲ ਅੱਲਾ ਦਾ ਦੀਨ ਚਾਹੀਦਾ, ਬਸ ਇਹ ਮਕਸਦ ਹੈ ਸਿਰਫ। ਨਾ ਕੋਈ ਤਕਰੀਰਾਂ ਮੈਨੂੰ ਆਉਂਦੀਆਂ, ਨਾ ਕੋਈ ਤਕਰੀਰਾਂ ਮੈਂ ਕਰਨਾ, ਲੇਕਿਨ ਇਹ ਹੈ ਕਿ ਮਾਲਕਾਂ ਦਾ ਪਹਿਰਾ ਜ਼ਰੂਰ ਦੇਣਾ।